ਮੈਂ ਇਸ ਵੇਲੇ FCI ਦੇ ਗੋਦਾਮਾਂ ਦੇ ਵਿੱਚ ਹਾਂ, ਜਿੱਥੇ ਪਿਛਲੇ ਸਾਲ ਦਾ ਚਾਵਲ ਵੀ ਇਸ ਵੇਲੇ ਸਟੋਰ ਪਿਆ। ਪਰ ਦੂਸਰੇ ਪਾਸੇ ਜਿਹੜੇ ਸ਼ੈਲਰ ਮਾਲਕ ਨੇ ਉਹ ਕਿਤੇ ਨਾ ਕਿਤੇ ਪਰੇਸ਼ਾਨ ਹੋ ਰਹੇ ਨੇ। ਪਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਜਿਹੜੇ ਚੌਲ ਪਏ ਨੇ ਪਿਛਲੀ ਵਾਰ ਦੇ, ਇਹ ਕਿਤੇ ਨਾ ਕਿਤੇ ਕੇਂਦਰ ਸਰਕਾਰ ਜ਼ਿੰਮੇਵਾਰ ਆ। ਹਾਲਾਂਕਿ ਬਲੇਮ ਗੇਮ ਹੈ ਜਾਂ ਸੱਚਾਈ ਹੈ, ਇਸ ਨੂੰ ਜਾਣਨ ਦੇ ਲਈ ਅਸੀਂ ਉਸ ਜਗ੍ਹਾਵਾਂ 'ਤੇ ਪਹੁੰਚੇ ਹਾਂ ਜਿਸ ਜਗ੍ਹਾ ਦੇ ਉੱਪਰ ਚਾਵਲ ਨੂੰ ਸਟੋਰ ਕੀਤਾ ਗਿਆ। ਔਰ ਇਸ ਪਾਸੇ ਤੁਸੀਂ ਦੇਖੋ, ਇਹ ਉਹ ਲੋਕ ਖੜ੍ਹੇ ਨੇ ਜਿਹੜੇ ਸ਼ੈਲਰ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ। ਸ਼ੈਲਰ ਯੂਨੀਅਨ ਦੇ ਕੁਝ ਪ੍ਰਧਾਨ ਨੇ, ਕੁਝ ਸ਼ੈਲਰ ਮਾਲਕ ਨੇ, ਆਪਾਂ ਗੱਲਬਾਤ ਇਹਨਾਂ ਨਾਲ ਕਰਦੇ ਹਾਂ। ਸ਼ਿੰਪੀ ਜੀ, ਸਰਕਾਰ ਕਹਿੰਦੀ ਹੈ, ਪੰਜਾਬ ਸਰਕਾਰ, ਕਿ ਕੇਂਦਰ ਸਰਕਾਰ ਕਰਕੇ ਚਾਵਲ ਹੈ ਜਿਹੜਾ ਚੱਕਿਆ ਨਹੀਂ ਗਿਆ, ਸੱਚਾਈ ਕੀ ਹੈ? ਬਿਲਕੁਲ, ਪੰਜਾਬ ਸਰਕਾਰ ਠੀਕ ਕਹਿ ਰਹੀ ਹੈ। ਸੈਂਟਰ ਸਰਕਾਰ ਨੇ ਜਿਹੜਾ ਚਾਵਲ ਚੱਕਣਾ ਹੁੰਦਾ, ਪਰ ਉਹਨਾਂ ਨੇ ਇਸ ਸਾਲ ਦਾ ਕੀ 30% ਮਾਲ ਇੱਦੂ ਪਿਛਲੇ 22-23 ਦਾ ਕਰੋਪ ਈਅਰ ਦਾ ਵੀ ਪੈਂਡਿੰਗ ਪਿਆ। ਜਿਸ ਤਰ੍ਹਾਂ ਸੂਰਜ ਜੀ, ਸਾਡੇ ਗਿੱਦੜਬਾਹਾ ਸ਼ਹਿਰ ਦੇ ਵਿੱਚ 1,30,000 ਮੈਟ੍ਰਿਕ ਟਨ ਦੀ ਕਪੈਸਿਟੀ ਹੈ ਟੋਟਲ ਕਵਰ ਗੋਦਾਮ ਦੀ, ਉਹ 100% ਫੁੱਲ ਪਿਆ, ਇੱਕ ਵੀ ਬੈਗ ਉਹਦੇ 'ਚੋਂ ਖਾਲੀ ਨਹੀਂ ਹੋਇਆ। ਅਤੇ ਹਜੇ ਵੀ ਕੁਛ ਜਿਹੜੀਆਂ ਸਾਡੀਆਂ ਮਿੱਲਾਂ, 2-3-4 ਮਿੱਲਾਂ, ਉਹ ਪੈਂਡਿੰਗ ਪਈਆਂ। ਓਵਰਆਲ ਪੰਜਾਬ ਦਾ ਕੀ ਡਾਟਾ? ਪੰਜਾਬ ਦੇ ਵਿੱਚ ਕਿੰਨਾ ਕੁ ਪਿਛਲੀ ਵਾਰ ਦਾ ਚੌਲ ਹੈ ਜਿਹੜਾ ਉਹ ਹਜੇ ਵੀ ਸਟੋਰਾਂ ਦੇ ਵਿੱਚ ਪਿਆ? ਔਰ ਸਪੇਸ ਨਹੀਂ ਹੈ, ਮਿਨੀਮਮ 25-30% ਐਵਰੇਜ ਪਿਛਲੇ ਸਾਲ ਦਾ ਮਾਲ ਪਿਆ। ਇਸ ਸਾਲ ਦਾ ਵੀ ਮਾਲ 20% ਦੇ ਅਪਰੋਕਸੀਮੇਟਲੀ ਜਿਹੜਾ ਪੂਰਾ ਪੰਜਾਬ ਪੈਂਡਿੰਗ ਪਿਆ। ਅਤੇ ਦਿੱਕਤ ਕਿੰਨੀ ਵੱਧ ਗਈ ਸ਼ਿੰਪੀ? ਸੀਜ਼ਨ ਫੇਰ ਆ ਗਿਆ, ਧਾਨ ਫੇਰ ਆ ਗਿਆ, ਦੁਬਾਰੇ ਨਵੀਂ ਫਸਲ ਆ ਜਾਊਗੀ, ਦਿੱਕਤ ਕਿੰਨੀ ਹੋਊਗੀ? ਸਭ ਤੋਂ ਵੱਡੀ ਦਿੱਕਤ ਤਾਂ ਸਪੇਸ ਦੀ ਤਾਂ ਜੋ ਹੈਗੀ ਹੈਗੀ ਜੀ, ਹੁਣ ਜਿਹੜੇ ਸ਼ੈਲਰ ਇੰਡਸਟਰੀ ਹੈ ਬਰਬਾਦੀ ਦੇ ਕੰਢੇ 'ਤੇ ਆ ਗਈ, ਕਿਉਂਕਿ ਪਿਛਲੇ ਸਾਲ ਮਾਲ ਨਾ ਚੱਕਣ ਕਰਕੇ ਜਿਹੜਾ ਰਾਈਸ ਲੱਗਿਆ ਨਹੀਂ ਗਾ, ਉਹਦੇ ਕਰਕੇ ਸ਼ੈਲਰ ਮਾਲਕ ਲੱਖਾਂ ਰੁਪਏ ਦੇ ਘਾਟੇ 'ਚ ਹੈ, ਕਈ ਕਈ ਤਾਂ ਵਿਚਾਰੇ 2-2-3-3 ਕਰੋੜ ਦੇ ਘਾਟੇ ਚਲੇ ਗਏ। ਅਤੇ ਨਵਾਂ ਸੀਜ਼ਨ ਸਿਰ 'ਤੇ ਆ ਗਿਆ, ਮਿਨੀਮਮ ਸਟਾਰਟ ਹੋ ਗਏ, ਕਿਸਾਨਾਂ ਦੀ ਫਸਲ ਪੱਕਣ 'ਤੇ ਆ ਗਈ। ਅਤੇ ਸਾਨੂੰ ਇਹ ਹਾਲਾਤ ਜਾਪਦੇ ਆ ਕਿ ਪੰਜਾਬ ਦਾ ਜਿਹੜਾ ਕਿਸਾਨ, ਆੜ੍ਹਤੀਆਂ ਦੇ ਸ਼ੈਲਰ ਇਸ ਵਾਰ ਸੈਂਟਰ ਸਰਕਾਰ ਦੀ ਨਲਾਇਕੀ ਕਰਕੇ ਸੜਕਾਂ 'ਤੇ ਆ ਗਏ। ਦਿੱਕਤ ਕਿੰਨੀ ਆ ਰਹੀ ਹੈ, ਕਿਵੇਂ ਦੇਖਦੇ ਹੋ ਇਸ ਦਿੱਕਤ ਨੂੰ? ਕਹਿੰਦੇ ਕਿ ਅੱਗੇ ਥੋੜ੍ਹਾ ਜਿਹਾ ਪਿਛਲੀ ਵਾਰ ਦਾ ਚੌਲ ਆ, ਕਹਿੰਦੇ ਉਹ ਕਾਫੀ ਵੱਡੀ ਗਿਣਤੀ ਚੱਕਿਆ ਨਹੀਂ ਗਿਆ, ਸਪੇਸ ਨਹੀਂ ਹੈ ਕਿਤੇ ਵੀ? ਕਿਤੇ ਸਪੇਸ ਨਹੀਂ ਹੈ, ਸਪੇਸ ਤੋਂ ਇਲਾਵਾ ਗਾਂ ਵਾਲਾ ਆਉਣ ਵਾਲਾ ਜਿਹੜਾ ਸੀਜ਼ਨ ਹੈ ਉਹਦੇ ਲਈ ਇੰਨੀ ਕੁ ਪਰੇਸ਼ਾਨੀ 'ਚ ਸ਼ੈਲਰ ਮਾਲਕ ਅਤੇ ਸ਼ਾਇਦ ਆੜ੍ਹਤੀ ਵੀ ਨਾਲ ਹੈਗੇ ਹੈ ਵੀ ਜ਼ਿਮੀਦਾਰ ਦੀ ਫਸਲ ਦਾ ਚੁਕਾ ਨਹੀਂ ਹੋਣਾ, ਕਿਉਂ ਅਸੀਂ ਬਿਨਾਂ ਸਪੇਸ ਬਣੇ ਕੋਈ ਵੀ ਸ਼ੈਲਰ ਮਾਲਕ ਪੈੜੀ ਲਵਾਉਣ ਨੂੰ ਤਿਆਰ ਨਹੀਂ, ਨਾ ਉਹਨਾਂ ਨੂੰ ਜਗ੍ਹਾ ਦੇਣ ਨੂੰ ਤਿਆਰ ਹੈ, ਨਾ ਅਸੀਂ ਕੋਈ ਐਗਰੀਮੈਂਟ ਕਰਨਾ ਹੈਗਾ, ਅਸੀਂ ਪੈੜੀ ਨਹੀਂ ਲਵਾਉਣੀ ਕਿਸੇ ਹਿਸਾਬ ਨਾਲ, ਜਿੰਨਾ ਤੱਕ ਇੱਥੇ ਸਪੇਸ ਨਾ ਬਣੂਗੀ ਸਾਡਾ, ਜਿੰਨਾ ਚਿਕ ਮੇਨ ਮੁੱਦਾ ਸਪੇਸ ਦਾ ਹੈ। ਸੈਂਟਰ ਸਰਕਾਰ ਚਾਹੇ ਤਾਂ ਸਪੇਸ ਖਾਲੀ ਕਰਾਵੇ, ਕਿਹਨੂੰ ਨਹੀਂ ਦੇ ਸਕਦੀ ਇਹ? ਇਹਦੀ ਆਕਸ਼ਨ ਕਰਾ ਦੇ, ਸ਼ਰਾਬ ਫੈਕਟਰੀ ਨੂੰ ਦੇਵੇ, ਕਿਸੇ ਨੂੰ ਦੇਵੇ, ਕੋਈ ਕੋਸ਼ਿਸ਼ ਨਹੀਂ ਕਰ ਰਹੀ ਵੀ ਇਹਨੂੰ ਖਾਲੀ ਕਰਾਇਆ ਜਾਵੇ। ਇਹਦੀ ਸੱਚਾਈ ਹੈ ਕਿ ਜਿਹੜਾ ਝੋਨਾ ਜਾਂ ਚਾਵਲ ਜਿਹੜਾ ਕੱਢਿਆ ਹੋਇਆ ਪਿਆ ਹੈਗਾ, ਇਹ ਜਿੰਨਾ ਪੁਰਾਣਾ ਹੋਊਗਾ ਖਰਾਬ ਵੀ ਹੋਊਗਾ, ਕਿਸੇ ਦੇ ਕੰਮ ਨਹੀਂ ਆਉਣਾ, ਲੱਗਦਾ ਬਰਬਾਦੀ ਵੀ ਕਿਤੇ ਨਾ ਕਿਤੇ ਹੈਗੀ। ਇਹ ਇਕੱਲਾ ਸੂਰਜ ਜੀ ਖਰਾਬ ਹੀ ਨਹੀਂ ਹੁੰਦਾ, ਇਹ ਚਾਵਲ ਖਾਣ ਦੇ ਯੋਗ ਹੀ ਨਹੀਂ ਰਹਿਣਾ, ਜੇ ਇਹਨੂੰ ਪਸ਼ੂ ਵੀ ਖਾਣਗੇ ਸ਼ਾਇਦ ਉਹ ਵੀ ਮਰ ਜਾਣ। ਇਹਦੀ ਇਹ ਦਿੱਕਤ ਆ ਜਾਣੀ ਹੈ ਉਹ ਨਾਲ, 1 ਸਾਲ ਦੇ ਬਾਅਦ ਜਿਹੜਾ ਪਿਛਲੇ 2 ਸਾਲਾਂ ਦਾ ਚਾਵਲ ਪਿਆ, 1 ਸਾਲ ਹੋਰ ਨਾ ਚੱਕਿਆ ਗਿਆ ਤੇ ਖਾਣ ਦੇ ਵੀ ਕੰਮ ਨਹੀਂ ਰਹਿਣ ਨੂੰ, ਸਮੁੰਦਰ ਸਿੱਟਣਾ ਪੈਣਾ। ਅੱਛਾ, ਸ਼ੈਲਰ ਮਾਲਕ ਔਖੇ ਕਿੰਨੇ ਨੇ? ਥੋੜਾ ਅੱਗੇ ਆਜੋ, ਸ਼ੈਲਰ ਵਾਲੇ ਔਖੇ ਕਿੰਨੇ ਨੇ? ਜਿਵੇਂ ਇਹਨਾਂ ਨੇ ਦੱਸਿਆ, ਸ਼ਿੰਪੀ ਦੱਸ ਰਹੇ ਹੈ ਕਿ ਮੁਸ਼ਕਲ ਹੈ ਪੁਰਾਣਾ ਜਿਹੜਾ ਚਾਵਲ ਹੋ ਗਿਆ ਹੈਗਾ। ਸ਼ੈਲਰ ਮਾਲਕ ਤਾਂ ਪੂਰੇ ਹੀ ਔਖੇ ਹੈ, ਸ਼ੈਲਰ ਮਾਲਕਣ ਤੋਂ ਉਹ ਗੱਲ ਹੈ ਜਿਵੇਂ ਕੈਂਸਰ ਦੀ ਬਿਮਾਰੀ ਲੱਗ ਗਈ, ਉਹ ਬਿਮਾਰੀ ਲੱਗਣ ਵਾਲੀ ਗੱਲ ਹੋਈ ਪਈ ਹੈ, ਕਿਉਂਕਿ ਪਿਛਲੇ ਸਾਲ ਜਿਹੜਾ ਚਾਵਲ ਸਾਡੇ ਕੋਲ ਪੈੜੀ ਲੱਗੀ ਸੀਗੀ, ਉਹ ਚਾਵਲ ਅਸੀਂ 1 ਸਾਲ ਦੇ ਵਿੱਚ ਪੂਰਾ ਕੀਤਾ, ਹਜੇ ਤੱਕ ਵੀ ਚਾਵਲ ਗੱਡੀਆਂ ਲੱਗਣ ਵਾਲੀਆਂ ਪਈਆਂ ਕਈ ਸ਼ੈਲਰਾਂ ਦੀਆਂ, ਜਦੋਂ ਕਿ ਅਗਲਾ ਸੀਜ਼ਨ ਫਿਰ ਸ਼ੁਰੂ ਹੋ ਗਿਆ, ਸੀਜ਼ਨ ਦੇ ਸਾਰੇ 10 ਦਿਨ ਰਹਿ ਗਏ, 1-10 ਤੋਂ ਪੈੜੀ ਸ਼ੁਰੂ ਆਉਣੀ ਸ਼ੁਰੂ ਹੋ ਜਾਣੀ ਹੈ। ਪੈੜੀ ਕਿਸੇ ਸ਼ੈਲਰ ਨੇ ਲਵਾਉਣੀ, ਪੈੜੀ ਸ਼ੈਲਰ ਤਾਂ ਲਵਾਊਗਾ ਜੇ ਕਿਸੇ ਨੂੰ ਸਪੇਸ ਮਿਲੂਗੀ, ਸਪੇਸ ਸਰਕਾਰ ਕੰਨੀਓ ਕੋਈ ਮੁਹੱਈਆ ਕਰਵਾਈ ਨਹੀਂ ਜਾ ਰਹੀ, ਇਸ ਲਈ ਕੋਈ ਵੀ ਪੈੜੀ ਨਹੀਂ ਲਵਾਊਗਾ, ਨਾ ਕੋਈ ਐਗਰੀਮੈਂਟ ਕਰੂਗਾ,
ਨਾ ਕੋਈ ਇਹਨਾਂ ਦੀਆਂ ਪੋਲਿਸੀਆਂ ਦੇ ਨਾਲ ਕੋਈ ਸਹਿਮਤ ਹੈ ਸ਼ੈਲਰ ਮਾਲਕ। ਸ਼ਿਪੀ ਲਾਸਟ ਸਵਾਲ ਮੇਰਾ, FCI ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ, ਕੁਛ ਦੱਸਦੇ ਆ ਵੀ ਅੱਗੇ ਕੋਈ ਸਰਕਾਰ ਤੱਕ ਗੱਲ ਪਹੁੰਚਾਈ ਹੋਵੇ ਉਹਨਾਂ ਨੇ, ਕੀ ਕਰਿਆ? ਉਹ ਤਾਂ ਬਾਬ ਨੇ ਕਹੇ ਚਿੱਠੀ ਲਿਖੀ ਹੈ ਜੀ, ਹੋਰ ਕੋਈ ਉਹਨਾਂ ਦਾ ਜਵਾਬ ਨਹੀਂ। ਪਰ ਸੂਰਜ ਜੀ, ਤੁਹਾਡੇ ਪ੍ਰੈਸ ਮਾਧਿਅਮ ਰਾਹੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਨੇ ਇੱਕ FRK ਰਾਈਸ ਲਵਾਇਆ, ਉਹ ਇਹਨਾਂ ਦੇ ਆਪਦੇ ਡਾਟਾ ਦੇ ਮੁਤਾਬਕ ਇੱਕ ਉਹਨਾਂ ਦੀ ਜਿਹੜੀ ਮਨਿਆਦ ਆ ਨਾ ਜੀ, ਇੱਕ ਸਾਲ ਦੀ ਹੈ। ਇੱਕ ਸਾਲ ਤੋਂ ਬਾਅਦ ਉਹ ਜਿਹੜਾ FRK ਰਾਈਸ ਆ ਉਹ ਖਤਮ ਹੋ ਜਾਂਦਾ, ਉਹਦੀ ਐਕਸਪਾਇਰ ਹੋ ਜਾਂਦਾ, ਅਤੇ 100% ਮਿਕਸਿੰਗ ਰਾਈਸ ਦੀ ਜਿਹੜੀ ਗੱਡੀਆਂ ਉਹਨਾਂ ਵਿੱਚ FRK ਕਰਾਇਆ ਇਹਨਾਂ ਨੇ। ਅਤੇ ਸਮੁੰਦਰ 'ਚ ਮੈਨੂੰ ਐਂ ਲੱਗਦਾ ਵੀ ਜੇ ਇਹਨਾਂ ਨੇ ਸਮੁੰਦਰ 'ਚ ਵੀ ਸੁੱਟਿਆ ਨਾ ਤਾਂ ਸ਼ਾਇਦ ਮੱਛੀਆਂ ਹੀ ਨਾ ਮਾਰ ਦੇਣ। ਪਤਾ ਨਹੀਂ ਕਿਉਂ ਸੈਂਟਰ ਸਰਕਾਰ ਸੁੱਤੀ ਪਈ ਹੈ। ਪੰਜਾਬ ਸਰਕਾਰ ਨੂੰ ਅਸੀਂ ਵਾਰ ਵਾਰ ਬੇਨਤੀ ਕੀਤੀ, ਪਰ ਅਧਿਕਾਰੀ ਵਾਰ ਵਾਰ ਦਿਖਾ ਰਹੇ ਵੀ ਅਸੀਂ ਚਿੱਠੀਆਂ ਲਿਖੀਆਂ, ਅਸੀਂ ਮੀਟਿੰਗਾਂ ਕੀਤੀਆਂ, ਪਰ ਸੈਂਟਰ ਸਰਕਾਰ ਕੋਈ ਗੱਲ ਨਹੀਂ ਕਰ ਰਹੀ। ਬਿਲਕੁਲ ਗੁੱਸੇ 'ਚ ਨੇ ਕਿਤੇ ਨਾ ਕਿਤੇ ਸ਼ੈਲਰ ਮਾਲਕ ਨੇ, ਸ਼ੈਲਰ ਯੂਨੀਅਨ ਦੇ ਪ੍ਰਧਾਨ ਨੇ, ਔਰ ਇਸ ਪਾਸੇ ਲੰਮੀਆਂ ਤਾਂਗਾਂ ਨੇ ਜਿਹੜੀਆਂ ਉਹ ਚਾਵਲ ਦੀਆਂ ਨਜ਼ਰ ਆ ਰਹੀਆਂ ਨੇ। ਇੱਕ ਪਾਸੇ ਸਟੇਟ ਸਰਕਾਰ ਕਹਿ ਰਹੀ ਹੈ ਕਿ ਕੇਂਦਰ ਜ਼ਿੰਮੇਵਾਰ ਹੈ, ਪਰ ਕੇਂਦਰ ਦੇ ਜਵਾਬ ਦਾ ਹਰੇਕ ਨੂੰ ਇੰਤਜ਼ਾਰ ਹੈ।